ਥਾਪੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ ਤੇ ਥਾਪੀ ਨਹੀਂ ਵੱਜਦੀ। ਪਹਿਲਾਂ ਨੀ ਕਿਸੇ ਨੇ ਮਾਰੀ, ਅਸੀਂ ਕਿਉਂ ਮਾਰੀ ਹੈ, ਸਾਨੂੰ ਕਹਿ ਕੇ ਤੋਰਿਆ ਬਾਬੇ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਰਾਊਂਡਰ 855 ਚੈਨਲ ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ 5 ਫਰਵਰੀ ਨੂੰ ਕਰਵਾਏ ਗਏ ਸਨ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਤੇ ਅੱਜ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ। ਪਹਿਲਾਂ ਗੱਲ ਕਰਾਂਗੇ ਪੱਤੋ ਹੀਰਾ ਸਿੰਘ ਵਾਲਾ ਕਬੱਡੀ ਟੂਰਨਾਮੈਂਟ ਦੀ। ਉੱਥੇ ਪਹਿਲਾ ਨਾਮ 41,000 ਅਤੇ ਦੂਜਾ ਨਾਮ 31,000 ਸੀ। ਬੈਸਟ ਰੇਟਰ ਅਤੇ ਬੇਟੇ ਜਾਫੀ ਨੂੰ 5,500 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਮਾਣੂਕੇ ਅਤੇ ਉਗੋਗੀ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਮਾਣੂਕੇ ਦੇ ਨੰਬਰ ਰਹੇ 10.5 ਅਤੇ ਉਗੋਗਿਆਂ ਦੇ ਨੰਬਰ ਰਹੇ 5, ਮਾਣੂਕੇ ਗਿੱਲ ਫਸਟ ਅਤੇ ਉੱਗ ਕੇ ਸੈਕੰਡ। ਇੱਥੋਂ ਬੈਸਟ ਰੇਡਰ ਬਣੇਗਾ ਵਿੱਕੀ ਜਾਂਗਪੁਰ ਅਤੇ ਬੈਸਟ ਜਾਫੀ ਬਣੇਗਾ ਰਸਪਾਲ ਮਾਣੂਕੇ ਗਿੱਲਾਂ ਵਾਲਾ। ਹਾਂਜੀ, ਅੱਗੇ ਗੱਲ ਕਰਦੇ ਹਾਂ ਰੈਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 51,000 ਅਤੇ ਦੂਜਾ ਨਾਮ 41,000 ਸੀ। ਬੈਸਟ ਰੇਡਰ ਅਤੇ ਬੈਟ ਜਾਫੀ ਨੂੰ 11,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਲਿੱਤਰਾਂ ਅਤੇ ਦਿਆਲਪੁਰ ਦੀਆਂ ਟੀਮਾਂ ਦੇ ਵਿਚਕਾਰ। ਦਿਆਲਪੁਰ ਦੀ ਟੀਮ ਦੇ ਨੰਬਰ ਰਹੇ 10 ਅਤੇ ਲਿੱਤਰਾਂ ਦੇ ਨੰਬਰ ਰਹੇ 19.5। ਇਹਦੇ ਵਿੱਚੋਂ ਲਿੱਤਰਾਂ ਫਸਟ ਅਤੇ ਦਿਆਲਪੁਰ ਸੈਕੰਡ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਗੱਬਰ ਲਿੱਤਰਾਂ ਵਾਲਾ, 6 ਕਬੱਡੀਆਂ ਪਾ ਕੇ 6 ਨੰਬਰ ਲਏ ਅਤੇ ਬੈਟ ਜਾਫੀ ਬਣੇਗਾ ਜੱਜ ਤਲਵੰਤ ਅਤੇ ਰਵੀ ਲਿੱਤਰਾਂ ਵਾਲਾ, ਦੋਨੇ ਜਵੈਂਡ ਬੈਸਟ ਜਾਫੀ ਬਣੇ ਹੈਗੇ। ਹਾਂਜੀ, ਅੱਗੇ ਗੱਲ ਕਰਦੇ ਚੱਕ ਸਹਿਦੋਗੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,00,000 ਰੁਪਏ ਅਤੇ ਦੂਜਾ ਨਾਮ 75,000 ਸੀ। ਬੈਸਟ ਰੇਡਰ ਅਤੇ ਬੈਟ ਜਾਫੀ ਨੂੰ 31,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਹਰੀਕੇ ਅਤੇ ਧਨੌਰੀ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਹਰੀਕੇ ਦੇ ਨੰਬਰ ਰਹੇ 17 ਅਤੇ ਧਨੌਰੀ ਦੇ ਨੰਬਰ ਰਹੇ 12.5। ਇਹਦੇ ਵਿੱਚ ਧਨੌਰੀ ਸੈਕਿੰਡ ਅਤੇ ਹਰੀਕੇ ਫਸਟ। ਇੱਥੋਂ ਬੈਟ ਜਾਫੀ ਬਣੇਗਾ ਸ਼ਰਨਾ ਡੁੱਗਰ ਮਾਣੇ ਵਾਲਾ, 7 ਟੱਚ ਲੈ ਕੇ 2 ਜੱਫੇ ਲਾਏ ਅਤੇ ਬੈਸਟ ਰੇਡਰ ਬਣੇਗਾ ਰੇਸ਼ਮ ਸਲੀਣਾ, 10 ਕਬੱਡੀਆਂ ਪਾ ਕੇ 10 ਨੰਬਰ ਲਏ ਅਤੇ। ਹਾਂਜੀ, ਅੱਗੇ ਗੱਲ ਕਰਦੇ ਹਾਂ ਹਸਨਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,00,000 ਰੁਪਏ ਅਤੇ ਦੂਜਾ ਨਾਮ 71,000 ਸੀ। ਬੈਸਟ ਰੇਡਰ ਅਤੇ ਬੈਟ ਜਾਫੀ ਨੂੰ 51,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਬਰਸਾਲਪੁਰ ਅਤੇ ਦਿੜਬਾ ਮੰਡੀ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਦਿੜਬਾ ਮੰਡੀ ਦੇ ਨੰਬਰ ਰਹੇ 15.5 ਅਤੇ ਬਰਸਾਲਪੁਰ ਦੇ ਨੰਬਰ ਰਹੇ 17। ਇਹਦੇ ਵਿੱਚੋਂ ਬਰਸਾਲਪੁਰ ਫਸਟ ਅਤੇ ਦਿੜਬਾ ਮੰਡੀ ਸੈਕੰਡ। ਇੱਥੋਂ ਬੈਸਟ ਰੇਡਰ ਬਣੇਗਾ ਅੰਬਾਸੁਰ ਸਿੰਘ, 10 ਕਬੱਡੀਆਂ ਪਾ ਕੇ 10 ਨੰਬਰ ਲਏ ਅਤੇ ਬੈਸਟ ਜਾਫੀ ਬਣੇਗਾ ਅੰਮ੍ਰਿਤ ਬਰਸਾਲਪੁਰ। ਹਾਂਜੀ, ਅੱਗੇ ਗੱਲ ਕਰਦੇ ਕਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 4,50,000 ਅਤੇ ਦੂਜਾ ਨਾਮ 3,500 ਸੀ। ਬੈਸਟ ਰੇਡਰ ਅਤੇ ਬੈਟ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਨਿਊਜ਼ੀਲੈਂਡ ਅਤੇ ਜੰਗੀਆਣੇ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਜੰਗੀਆਣੇ ਦੇ ਨੰਬਰ ਰਹੇ 34.5 ਅਤੇ ਨਿਊਜ਼ੀਲੈਂਡ ਦੇ ਨੰਬਰ ਰਹੇ 28। ਇਹਦੇ ਵਿੱਚੋਂ ਨਿਊਜ਼ੀਲੈਂਡ ਸੈਕਿੰਡ ਅਤੇ ਜੰਗੀਆਣਾ ਫਸਟ। ਇੱਥੋਂ ਬੈਸਟ ਰੇਡਰ ਬਣੇਗਾ ਬੰਟੀ ਟਿੱਬੇ ਵਾਲਾ, 17 ਕਬੱਡੀਆਂ ਪਾ ਕੇ 14 ਨੰਬਰ ਲਏ ਅਤੇ ਬੈਟ ਜਾਫੀ ਬਣੇਗਾ ਲੰਬੜ ਮੱਲੀਆਂ, 9 ਟੱਚ ਲੈ ਕੇ 4 ਜੱਫੇ ਲਾਏ। ਹਾਂਜੀ, ਇਸ ਵੀਡੀਓ 5 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ, ਧੰਨਵਾਦ ਜੀ।